ਅਸਲਾਮੁਅਲੈਕੁਮ ਕੀ ਹਾਲ ਹੈ ਜੀ? ਠੀਕ ਹੋ? ਦੋਸਤੋ, ਅੱਜ ਮੈਂ ਇੱਕ ਨਵਾਂ ਵਲੌਗ ਬਣਾਉਣ ਲੱਗਾ ਅਤੇ ਵਲੌਗ ਇਹ ਕਿ ਮੇਰਾ ਇੱਕ ਦੋਸਤ ਬੈਠਾ ਸੀ ਕਲਾਸਰੂਮ ਵਿੱਚ ਉੱਠਿਆ ਅਤੇ ਬਸ ਉਹ ਆਪਣੀ ਬੁੱਕ ਜੇ ਰਹੇ ਭੁੱਲ ਕੇ ਆ ਗਈ ਹੈ। ਬਸ ਉਹ ਬੁੱਕ ਭੁੱਲਿਆ ਅਤੇ ਬਸ ਉਹਨੂੰ ਛੋਲਾ ਆ ਕੇ ਬਈ ਤੂੰ ਹੁਣ ਪੈਸੇ ਦੇ ਤੂੰ ਛੋਲਾ ਕੋਈ ਚੀਜ਼ ਖਵਾ ਅਤੇ ਬਸ ਇਹ ਵਾਸਤੇ ਅਸੀਂ ਬੁੱਕ ਬੁਲਾ ਦਿੱਤੀ। ਲੇਕਿਨ ਬੰਦਾ ਇੱਕ ਗਰੀਬ ਜਾਂ ਜਾਣ ਗਈ ਹੈ ਕਿ ਕਿਹਦੀ ਭੈਣੇ ਉਹ ਖੋਹਿੰਦਾ ਸੀ ਕਾਸ਼ੇ ਨਾ ਛੋਦੇ ਉਹਦਾ ਮੂੰਹ ਦੇਖੋ ਨਾ ਬਹੁਤ ਪਰੇਸ਼ਾਨ ਤੇ ਉੱਠਦੇ ਮਲ ਗਏ ਮਲ ਆਵੇਦੇ ਉਹ ਕੜਿਆ ਬਹੁਤ ਪਰੇਸ਼ਾਨ ਛੋਦਾ ਤੁਸੀਂ ਪਰੇਸ਼ਾਨੀ ਹੱਲ ਕਰਨੀ ਹੈ ਅਤੇ ਮਸਲਾ ਇਹ ਕਿ ਹੈਂਡ ਬੁੱਕ ਵੀ ਮੇਰੇ ਕੋਲ। ਦੋਸਤੋ, ਇਹ ਮੇਰਾ ਦੋਸਤ ਨਾਲ ਖੜਾ ਸੀ ਦੋਸਤ ਇਹ ਕਲਾਸ ਵੇਲੋ ਵੀ ਇਹਨਾਂ ਦੀ ਬੁੱਕ 'ਚ ਵੀ ਇਹਨਾਂ ਕੋਲ ਪੁੱਛਦੇ ਵੀ ਇਹਨਾਂ ਦੇ ਕੀ ਖਿਆਲਾਤ ਬੁੱਕ 'ਚ ਆਉਣ ਦੇ ਵਜ੍ਹਾ ਇਹਨਾਂ ਦੀ ਕੀ ਐਕਸਪ੍ਰੈਸ਼ਨ ਮੇਰੇ ਕੋਲ ਲੱਗਦਾ ਜਿਹੜੀ ਹੈਂਡ ਬੁੱਕ ਹੈ ਨਾ ਇਹਨਾਂ ਦਾ ਸਰਮਾਇਆ ਆਈ ਇਹਦੇ ਬਗੈਰ ਇਹ ਪੜ੍ਹ ਵੀ ਨਹੀਂ ਸਕਦੇ ਇਹਨਾਂ ਕੋਲ ਪੁੱਛਦੇ ਹਾਂ ਬਾਈ ਅਸਾਂ ਨਾ ਇਹਦੇ ਬਗੈਰ ਪੜ੍ਹ ਨਹੀਂ ਸਕਦੇ ਹੈ। ਅੱਛਾ, ਅਤੇ ਕਿੱਥੇ ਵੈਸੇ ਚਾਹ ਜੋ ਕਿਤੇ ਵੀ ਨਹੀਂ ਨਹੀਂ ਯਾਰ ਉਹ ਤਾਂ ਹੁਣ ਚਾਹੀਦੀ ਤਾਂ ਮੈਂ ਨਹੀਂ ਤੁਸੀਂ ਭੁੱਲ ਲੈ ਉਹ ਜਗ੍ਹਾ 'ਤੇ ਤਾਂ ਹੀ ਵਾਸਤੇ ਮੈਂ ਉਹਨੂੰ ਸਗੋਂ ਆ ਕੇ ਦਿਖਾਈਏ ਉਹ ਲੋਕਾਂ ਛੋਰਾਂ ਆਖਰੀਤਾ ਯਾਰ ਬਈ ਜਿਸ ਟਾਈਮ ਥਾ ਕੋਈ ਚੀਜ਼ ਨਾ ਖਵਾਵੇ ਇਹ ਤਾਂ ਕਸਮ ਹੈਂਡ ਬੁੱਕ ਨਹੀਂ ਦਿੰਦੇ। ਹੋਰ ਤੁਸੀਂ ਕਿਆ ਦੇਵੇ ਕੁਛ ਖਵੇ ਸੋ ਦੋਸਤਾਂ ਨੂੰ ਜਾਂ ਨਾ ਮੈਂ ਤਾਂ ਨਾ ਕਿਉਂ ਕਿਉਂ ਨਹੀਂ ਕਹਿੰਦੇ ਮਤਲਬ ਬਸ ਮੇਰੀ ਮਰਜ਼ੀ ਮਰਜ਼ੀ ਨਹੀਂ ਯਾਰ ਤਾਂ ਖਾਣੀ ਕੋਸੀ ਕੋ ਹੁਣ ਅਗਰ ਤੁਹਾਡੀ 300 ਰੁਪਏ ਦੀ ਜੋ ਬੁੱਕ ਹੈ ਹੈਂਡ ਬੁੱਕ ਹੈ ਤਾਂ ਕੋਈ ਖੈਰ ਅਸਾਂ 20 ਰੁਪਏ ਦੀ ਸ਼ਾਇਦ ਖਵਾ ਦੇ ਸਕਦੇ ਤਾਂ ਕੋਈ ਮਸਲਾ ਨਹੀਂ। ਗਰਮੀ ਦਾ ਟਾਈਮ ਹੈ ਲਓ ਨਾ ਪੀ ਠੀਕ ਹੈ ਨਾ ਅਤੇ ਹੈਂਡ ਬੁੱਕ ਮੇਰੀ ਵਾਪਸ ਕਰ ਲੈ ਤੂੰ ਮਿਹਰਬਾਨੀ ਕਰ। ਹੈਂਡ ਬੁੱਕ ਤੁਹਾਨੂੰ ਦੋਸਤਾਂ ਕੋ ਅਪੀਲ ਕਰੋ ਨਾ ਜਿਹੜੇ ਮੇਰੇ ਯੂਟਿਊਬ ਵਾਲੇ ਮੈਂ ਨਹੀਂ ਦੇਖਣ ਦੇ ਉਹਨਾਂ ਕੋ ਅਪੀਲ ਠੀਕ ਹੈ। ਅੱਛਾ, ਹਾਂ ਖਾਸ ਪੈਗਾਮ ਤਾਂ ਕੋਈ ਕਹਾਣੀ ਅਤੇ ਵਧੀਆ ਟੈਨਸ਼ਨ ਹੈ ਹੈਂਡ ਬੁੱਕ ਵਾਲੇ ਹੈਂਡ ਬੁੱਕ ਵਾਲੇ ਟੈਨਸ਼ਨ ਦੇ ਕਿਹੜੀ ਵੀ ਕਿਵੇਂ ਬਲਦੀ ਵਾਪਸ ਇਹ ਵਾਪਸ ਆ ਗਏ ਸੀ ਕਿਵੇਂ ਆ ਸੀ ਕੋਈ ਤਾਂ ਕੋਈ ਇਹ ਆਪੇ ਆ ਗਏ ਤਾਂ ਆਸਾਨ ਨਜ਼ਰਾਂ ਦਾ ਪੇ ਵਾਪਸ ਆਉਣ ਦਾ ਉਹ ਬਸ ਆ ਗਈ ਹੈ ਸਮੇਂ ਕਿਵੇਂ ਆ ਗਏ ਮਤਲਬ ਹੈਂਡ ਬੁੱਕ ਤਾਂ ਇਸ ਟਾਈਮ ਮੇਰੇ ਕੋਲ ਨਾ ਤੁਸੀਂ ਵਾਪਸ ਕਰ ਦੇ ਸਕਦਾ ਕਿਵੇਂ ਵਾਪਸ ਕਰ ਵਾਪਸ ਮੈਂ ਜੋ ਇਸ ਟਾਈਮ ਨਾ ਕਰਨਾ ਚਾਹੁੰਦਾ ਉਹ ਮੇਰੇ ਦੋਸਤ ਬੈਠੇ ਮੈਂ ਕਿਹਾ ਵੀ ਉਹਨਾਂ ਕੋਲ ਮੈਂ ਹੈਂਡ ਬੁੱਕ ਦੇਸਾਂ ਉਹ ਬੈਠੇ ਸਾਹਮਣੇ ਹਾਂ ਇਹ ਅਤੇ ਦੋਸਤੋ ਜਿਹੜੀ ਹੈਂਡ ਬੁੱਕ 'ਚ ਵੀ ਹੈ ਨਾ ਇਹ ਮੇਰੇ ਭਰਾ ਆਉਣਾ ਜਿਹੜੇ ਹੀ ਇਹ ਗਿਣਨ ਵਾਸਤੇ ਤਿਆਰ ਹੀ ਉਹ ਆਦਮੀ ਬਈ ਉਹ ਜਿਹੜਾ ਮੁਆਵਜ਼ਾ ਇਹ ਹਾਫ ਕੀਮਤ 'ਤੇ ਮੈਂ ਗਿੰਦਾ ਜੀ ਅਤੇ ਬਈ ਤੁਸੀਂ ਕਿਉਂ ਗਿੰਦੇ ਵੇ ਥੋ ਕਿਸ ਕਿਸਮ ਦੇ ਕਿਹਾ ਗੁਲੈਂਦਰੀਆਂ ਓਲਡ ਓਲਡ ਬੁੱਕ ਤੇ ਮੈਂ ਗੁਲੈਂਦਰੀਆਂ ਮੈਂ ਕੋ ਨਹੀਂ ਲੱਭੀ ਹੁਣ 150 ਰੁਪਏ ਦੀ ਮੈਂ ਤੁਸਾਂ ਦੇਣਾ ਚਾਹੁੰਦੇ ਮੈਂ ਤਾਂ ਫਾਇਦੇ ਮੈਂ ਇਸ ਵਾਸਤੇ ਗਿਣਨਾ ਚਾਹੁੰਦਾ। ਅੱਛਾ, ਤੁਸੀਂ ਗਿਣਨਾ ਚਾਹੁੰਦੇ ਇਹ ਜਿਹੜੇ ਸਾਰੇ ਭਾਈ ਹੋਣਾ ਖਾਨ ਦੇ ਕਿਹਾ ਇਜ਼ਾਰਾ ਥੀ ਕਿਹਾ ਦੇਵੇ ਤੁਸੀਂ ਕਿਸਮ ਹੁਣ ਬੁੱਕ ਦੇਸੋ ਇਹਨਾਂ ਜੀ ਮਿਲ ਵੈਸੀ ਨਾ ਕੋ ਕਿਵੇਂ ਮਿਲ ਵੈਸੀ ਮੈਂ ਜਿਹਨੂੰ ਕੋ ਦੇਣਾ ਪਿਆ ਤੁਸੀਂ ਕਿਹਾ ਕੋ ਕਿਵੇਂ ਦੇਣਾ ਪੈਂਦਾ ਕੋਈ ਕੋਈ ਤਾਂ ਜਾਏ ਯਾਰ ਤੁਸੀਂ ਕਿਵੇਂ ਮਤਲਬ ਮੈਂ ਜਿਹਨੂੰ ਤੇ ਬਜਲ ਤੇ ਬਾਅਦ ਦੇਸੇ ਤਾਂ ਮਤ ਸਮਝ ਆ ਵੈਸੇ ਤੇ ਲਾਲਾ ਹੁਣ ਜਿਹੜੇ ਗਿੰਸੇ ਨਾ ਬਤਾਏ ਉਹਦਾ ਜਿਹੜਾ ਮੈਂ ਕੱਚੇ ਜਵਾਬ ਨਾ ਬੰਦੇ ਆ ਡਿਜ਼ਾਈਨ ਚੱਕਰੇ ਨਾ ਖੱਤੇ ਖਾਵੇ ਨੇ ਹਾਂ ਇਹ ਤੇ ਖਾਣਾ ਹੈ ਜੋ ਕਿ ਤੇਰੀ ਕਰ ਦਿੰਦੇ ਨੇ ਅੱਛਾ ਇਹ ਸਾਰੇ ਭਿਆਉਣਾ ਬੰਦਾ ਗੁਲੇ ਨਾ ਨਾ ਅੱਛਾ ਗੱਲ ਇਹ ਜਿਹੜਾ ਬੰਦਾ ਹੈਂਡ ਬੁੱਕ ਗਿੰਦੇ ਉਹ ਮੈਂ ਕੋ ਦਿਖਾਂ ਦਿਖਾਵੇ ਨਾ ਕਿਉਂ ਸਾ ਕੀ ਕਰੇ ਸੁਣਾ ਯਾਰ ਉਹਨਾਂ ਦਾ ਕੰਮ ਹੈ ਇੱਕ ਮਦਦ ਕਿਹੜਾ ਕੰਮ ਹੈ ਤੁਹਾਡਾ ਮਤਲਬ ਕਿਉਂ ਦੇਖਣਾ ਚਾਹੁੰਦੇ ਬੰਦੇ ਨੂੰ ਯਾਰ ਉਹਨਾਂ ਦਾ ਉਹ ਮੇਰਾ ਪਰਸਨਲ ਮਸਲਾ ਨਾ ਮੈਂ ਉਹਨੂੰ ਹੈਂਡ ਬੁੱਕ ਦੇਸਾ ਤੁਸੀਂ ਕੀ ਕਰਨਾ ਯਾਰ ਮੈਂ ਉਹਦੀ ਹੈਲਪ ਕਰ ਕੇ ਸਾਂ ਯਾਰ ਕੀ ਹੈਲਪ ਮੈਂ ਉਹ ਬੰਦਾ ਤਾਂ ਦਿਖਾਵੇ ਆ ਦੇਖਾਂ ਕਿਹੜਾ ਬੰਦਾ ਮੇਰੇ ਖਿਆਲੇ ਉਹ ਬਦੇ ਉਹ ਬਦੇ ਇਹ ਬਦੇ ਮਲਕ ਮੁਨਿਸ ਬਦੇ ਹੈ ਮੈਂ ਦੌਰਾ ਸੀ ਲਾਲਾ ਤੂੰ ਕਿੰਨਾ ਮੈਂ ਲਾਲਾ ਪੈਸੇ ਦੇਣੇ ਨੂੰ ਨਾ ਫਾਇਦਾ ਵਸਦੇ ਹੀ ਕਾਨੀ ਹੈਂਡ ਬੁੱਕ ਹੁਣ ਉਹਨਾਂ ਕੋਲੇ ਉਹ ਯਾਨੀ ਕਿ ਹੈਂਡ ਬੁੱਕ ਕਿੰਦਾ ਹੈ ਮੇਰੇ ਵਾਲੀ ਫਾਇਦੇ ਵਾਲੀ ਕਿਉਂ ਹੁਣ ਤਾਂ ਉਹਨਾਂ ਦੇ ਕੰਮ ਦੇ ਤੇ ਇਹ ਮੇਰੀ ਹੈਂਡ ਬੁੱਕ ਇਹ ਤੱਕ ਬਹੁਤ ਮਹਿੰਗੀ ਸਾਬਤ ਮੈਂ ਤਾਂ ਆਪਣੇ ਪੈਸੇ ਅਦਾ ਕਰਾਂਦਾ ਪਿਆ ਮੈਂ ਕੀ ਮਾਗੀ।